ਤੁਹਾਨੂੰ ਕੀ ਲੱਗਦਾ ਪੰਜਾਬ ਦੇ ਮਸਲੇ ਕਿਹੜੇ ਡਿਫਿਕਲਟ ਨੇ ਜਿਹੜਾ ਤੁਹਾਨੂੰ ਲੱਗਦਾ ਕਿ ਤੁਸੀਂ ਹੱਲ ਕਰ ਪਾਓਗੇ? ਪੰਜਾਬ ਦਾ ਹਰ ਇੱਕ ਜਿਹੜਾ ਦੁੱਖ ਹੈ ਜਿਹੜਾ ਹਰ ਇੱਕ ਜਿਹੜਾ ਜ਼ਰੂਰੀ ਪੱਖ ਆ ਉਹ ਅਸੀਂ ਮੂਹਰੇ ਲੈ ਕੇ ਆਉਂਦਾ ਹੈ ਔਰ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਨੂੰ ਇਹ ਕਿਹਾ ਵੀ ਜੇ ਤਾਂ ਤੁਸੀਂ ਸਾਡਾ ਏਜੰਡਾ ਮੰਨਦੇ ਹੋ ਤਾਂ ਅਸੀਂ ਤੁਹਾਡੇ ਲਈ ਕਿਸੇ ਹੱਦ ਤੱਕ ਸਪੋਰਟਿਵ ਹੋਵਾਂਗੇ। ਕੋਈ ਵੀ ਲੀਡਰ ਜਾਂ ਕੋਈ ਵੀ ਮੰਤਰੀ ਕਿਸੇ ਵੀ ਪਿੰਡ 'ਚ ਆਉਂਦਾ ਸ਼ਹਿਰ 'ਚ ਆਉਂਦਾ ਤਾਂ ਝੂਠੇ ਦਾਅਵੇ ਵਾਅਦੇ ਕੀਤੇ ਜਾਂਦੇ ਨੇ। ਸਾਡੇ ਵੱਲੋਂ ਬਿਲਕੁਲ ਸਪਸ਼ਟ ਆ ਵੀ ਜਿਹੜਾ ਵੀ ਬੰਦਾ ਕੁਰਸੀ ਦੇ ਲਾਲਚ ਰੱਖਦਾ ਆ ਜਾਂ ਕੁਰਸੀ ਬਾਰੇ ਸੋਚਦਾ ਆ ਉਹ ਜੂਝਦਾ ਪੰਜਾਬ ਦਾ ਮੈਂਬਰ ਨਹੀਂ ਹੋ ਸਕਦਾ। ਠੀਕ ਹੈ, ਅਸੀਂ ਪੋਲੀਟਿਕਸ ਦੇ ਵਿੱਚ ਆਉਣਾ ਤਾਂ ਅਸੀਂ ਵੀ ਕਿਤੇ ਗੰਧਲੇ ਨਾ ਹੋ ਜਾਈਏ। ਅਸੀਂ ਪੰਜਾਬ ਦੇ ਦੁਖੀ ਹਾਂ, ਅਸੀਂ ਚਾਹੁੰਦੇ ਹਾਂ ਕਿ ਅਸੀਂ ਪੰਜਾਬ ਨੂੰ ਸਪੋਰਟ ਕਰੀਏ। ਕੋਈ ਨਹੀਂ, ਇਹ ਹੈਗੇ ਨੇ ਕੰਮ ਕਰਨ ਵਾਲੇ, ਜੇ ਇਹ ਜਿੱਤ ਕੇ ਅੱਗੇ ਆ ਰਹੇ ਅਸੀਂ ਇਹਨਾਂ ਨੂੰ ਹੀ ਮਨਾ ਲੈਣਾ ਵੀ ਤੁਸੀਂ ਵਾਅਦੇ ਕਰੋ ਸਾਨੂੰ ਲਿਖਤ ਦੇ ਰੂਪ ਵਿੱਚ ਦਿਓ ਤਾਂ ਸਾਨੂੰ ਕੋਈ ਚੱਕਰ ਨਹੀਂ। ਥੋੜੇ ਜਿਹੇ ਉਹ ਮਚਲੇ ਹੋਏ ਵੀ ਨੇ, ਉਹਨਾਂ ਨੂੰ ਪੈਸੇ ਦਾ ਲਾਲਚ ਪਿਆ ਹੋਇਆ। ਇਹ ਜਦੋਂ ਆਵਾਮ ਇੱਕ ਹੋ ਜੂਗੀ ਸਾਰੀ, ਅਸੀਂ ਉਹਨਾਂ ਨੂੰ ਕੁਐਸਚਨ ਕਰਾਂਗੇ ਤਾਂ ਫਿਰ ਉਹ ਆਪਣੇ ਆਪ ਹੀ ਬੰਦੇ ਦੇ ਪੁੱਤ ਬਣ ਜਾਣਗੇ। ਮੇਰੇ ਖਿਆਲ ਨਾਲ ਆਰਟਿਸਟਾਂ ਨੂੰ ਟਾਰਗੇਟ ਕਰ ਰਹੇ ਹੋ ਜਿਹੜੇ ਪੋਲਿਟਿਕਸ 'ਚ ਆ ਗਏ ਨੇ, ਕਿਤੇ ਉਹ ਤਾਂ ਨਹੀਂ? ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦਾ ਸਟੋਰੀ ਟੀਵੀ। ਸਾਡੇ ਨਾਲ ਇਸ ਟਾਈਮ ਮੌਜੂਦ ਨੇ ਸਿੱਪੀ ਗਿੱਲ, ਜੂਝਦਾ ਪੰਜਾਬ ਦੇ ਹੁਣ ਆਗੂ ਵੀ ਲਗਾ ਲਓ ਹੁਣ, ਕਿਉਂਕਿ ਪਹਿਲੀ ਕਾਨਫਰੰਸ 'ਚ ਸ਼ਾਮਿਲ ਹੋਏ ਨੇ। ਉਹਨਾਂ ਨਾਲ ਪੂਰੀ ਗੱਲਬਾਤ ਕਰਾਂਗੇ ਕਿ ਮਾਹੌਲ ਹੈ ਚੋਣਾਂ ਨੂੰ ਲੈ ਕੇ ਅਤੇ ਉਹਨਾਂ ਦਾ ਕੀ ਕਹਿਣਾ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਸਰ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮੱਚ ਜੀ। ਤੁਸੀਂ ਹੁਣ ਪ੍ਰੈਸ ਕਾਨਫਰੰਸ 'ਚ ਵੀ ਸ਼ਾਮਿਲ ਹੋ ਗਏ ਹੋ, ਤੁਸੀਂ ਪਾਰਟੀ ਨੂੰ ਲੈ ਕੇ ਪੂਰਾ ਜੂਝਦਾ ਪੰਜਾਬ ਨੂੰ ਲੈ ਕੇ ਅੱਗੇ ਆ ਰਹੇ ਹੋ, ਤੁਹਾਨੂੰ ਕੀ ਲੱਗਦਾ ਪੰਜਾਬ ਦੇ ਮਸਲੇ ਕਿਹੜੇ ਡਿਫਿਕਲਟ ਨੇ ਜਿਹੜਾ ਤੁਹਾਨੂੰ ਲੱਗਦਾ ਕਿ ਤੁਸੀਂ ਹੱਲ ਕਰ ਪਾਓਗੇ? ਜੀ, ਮੈਂ ਇਹ ਕਹਿਣਾ ਚਾਹੁੰਦਾ ਵੀ ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡਾ ਏਜੰਡਾ ਆ ਤੁਸੀਂ ਉਹ ਲੋਕਾਂ ਤੱਕ ਜ਼ਰੂਰ ਪਹੁੰਚਾਓ, ਕਿਉਂਕਿ ਉਹ 'ਚ ਬਹੁਤ ਜਿਹੜੀਆਂ ਚੀਜ਼ਾਂ ਨੇ ਸਰਲ ਤਰੀਕੇ ਨਾਲ ਮੈਂਸ਼ਨ ਕੀਤੀਆਂ ਹੋਈਆਂ ਨੇ। ਬਸ ਮੈਂ ਇੰਨਾ ਕਹਿਣਾ ਚਾਹੂੰਗਾ ਵੀ ਜਿਹੜਾ ਮੈਂ ਇਸ ਮਤਲਬ ਜੂਝਦਾ ਪੰਜਾਬ ਦਾ ਮੈਂ ਮੈਂਬਰ ਪਹਿਲਾਂ ਵੀ ਸੀ, ਇਹ ਨਹੀਂ ਕਿ ਮੈਂ ਅੱਜ, ਕਿਉਂਕਿ ਮੇਰੇ ਘਰ ਮੇਰੇ ਫਾਦਰ ਸਾਹਿਬ ਥੋੜ੍ਹੇ ਬਿਮਾਰ ਸੀ ਤਾਂ ਕਰਕੇ ਮੈਂ ਪਹਿਲੀਆਂ ਜਿਹੜੀਆਂ ਕਾਨਫਰੰਸ ਹੋਈਆਂ ਉਹਨਾਂ 'ਚ ਆ ਨਹੀਂ ਸਕਿਆ। ਪਰ ਇਹਦੇ ਵਿੱਚ ਪੰਜਾਬ ਦਾ ਹਰ ਇੱਕ ਜਿਹੜਾ ਦੁੱਖ ਹੈ ਜਿਹੜਾ ਹਰ ਇੱਕ ਜਿਹੜਾ ਜ਼ਰੂਰੀ ਪੱਖ ਆ ਉਹ ਅਸੀਂ ਮੂਹਰੇ ਲੈ ਕੇ ਆਉਂਦਾ ਹੈ ਔਰ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਨੂੰ ਇਹ ਕਿਹਾ ਵੀ ਜੇ ਤਾਂ ਤੁਸੀਂ ਸਾਡਾ ਏਜੰਡਾ ਮੰਨਦੇ ਹੋ ਤਾਂ ਅਸੀਂ ਤੁਹਾਡੇ ਲਈ ਕਿਸੇ ਹੱਦ ਤੱਕ ਸਪੋਰਟਿਵ ਹੋਵਾਂਗੇ। ਅਸੀਂ ਲੋਕਾਂ ਨੂੰ ਇਹ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਜਦੋਂ ਹੁਣ ਕੋਈ ਵੀ ਲੀਡਰ ਜਾਂ ਕੋਈ ਵੀ ਮੰਤਰੀ ਕਿਸੇ ਵੀ ਪਿੰਡ 'ਚ ਆਉਂਦਾ ਸ਼ਹਿਰ 'ਚ ਆਉਂਦਾ ਤਾਂ ਝੂਠੇ ਦਾਅਵੇ ਵਾਅਦੇ ਕੀਤੇ ਜਾਂਦੇ ਨੇ ਕਿ ਅਸੀਂ ਆਉਣ ਵਾਲੇ 2 ਮਹੀਨਿਆਂ 'ਚ ਇਹ ਕਰ ਦਾਂਗੇ। ਗਿੱਲ ਭਾਜੀ, ਮੈਂ ਇੱਕ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗਾ। ਸੰਯੁਕਤ ਸਮਾਜ ਮੋਰਚੇ ਨਾਲ ਥੋੜਾ ਟਾਂਕਾ ਜੋੜਿਆ ਜਾ ਰਿਹਾ ਕਿ ਲੋਕਾਂ 'ਚ ਗੱਲਾਂ ਉੱਡ ਗਈਆਂ ਕਿ ਜੂਝਦਾ ਪੰਜਾਬ ਵੀ ਇਲੈਕਸ਼ਨ ਲੜੇਗਾ, ਉਸ ਤੇ ਤੁਸੀਂ ਸਪਸ਼ਟੀਕਰਨ? ਉਹਦੇ ਵਿੱਚ ਮੇਰੇ ਵੱਲੋਂ, ਮੈਂ ਤੁਹਾਡੇ ਸਾਹਮਣੇ ਬੈਠਾ, ਅਮਤੋਜ ਬਾਈ ਹੋਣੀ ਬੈਠੇ ਨੇ, ਸਾਡੇ ਵੱਲੋਂ ਬਿਲਕੁਲ ਸਪਸ਼ਟ ਆ ਵੀ ਜਿਹੜਾ ਵੀ ਬੰਦਾ ਕੁਰਸੀ ਦੇ ਲਾਲਚ ਰੱਖਦਾ ਆ ਜਾਂ ਕੁਰਸੀ ਬਾਰੇ ਸੋਚਦਾ ਆ ਉਹ ਜੂਝਦਾ ਪੰਜਾਬ ਦਾ ਮੈਂਬਰ ਨਹੀਂ ਹੋ ਸਕਦਾ। ਉਹ ਫਿਰ ਵੀ ਤੁਸੀਂ ਪੰਜਾਬ ਦਾ ਮੈਂਬਰ ਨਹੀਂ ਹੈ। ਜੇ ਮੈਂ ਆਪਦੀ ਗੱਲ ਕਰਾਂ ਤਾਂ ਮੈਨੂੰ ਕੋਈ ਕੁਰਸੀ ਦੀ ਕਿਸੇ ਸੀਟ ਦੀ ਲੋੜ ਨਹੀਂ, ਨਾ ਸਾਨੂੰ ਕਿਸੇ ਸ਼ੋਹਰਤ ਦੀ ਭੁੱਖ ਆ, ਨਾ ਕਿਸੇ ਵਾਹਵਾ ਦੀ। ਅਸੀਂ ਪੰਜਾਬ ਦਾ ਦੁੱਖ ਮੰਨਦੇ ਹਾਂ, ਪੰਜਾਬ ਸਾਡਾ ਆਪਣਾ ਆ, ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਪੰਜਾਬ ਆ ਉਹ ਤਰੱਕੀ ਦੇ ਰਾਹ ਤੇ ਆਵੇ, ਫਿਰ ਤੋਂ ਜਿਹੜਾ ਕਰਜ਼ਾ ਸਾਡੇ ਸਿਰ ਜਿਹੜਾ ਦਿਖਾਇਆ ਜਾ ਰਿਹਾ ਉਹ ਖਤਮ ਹੋਵੇ ਤੇ ਸਾਡੇ ਜਿਹੜੇ ਨੌਜਵਾਨ ਆ ਜਿਹੜੇ ਬਾਹਰ ਜਾ ਰਹੇ ਆ, ਚਲੋ ਚੰਗੀ ਗੱਲ ਆ ਜਾ ਰਹੇ ਆ, ਪਰ ਜਿਹੜੇ ਨੌਜਵਾਨ ਇੱਥੇ ਆ ਜਿਨ੍ਹਾਂ ਕੋਲ ਸਮਰੱਥਾ ਨਹੀਂ ਹੈ ਬਾਹਰ ਜਾਣ ਦੀ, ਉਹਨਾਂ ਦੇ ਕੋਲ ਵੀ ਨੌਕਰੀਆਂ ਹੋਣ, ਕੰਮ ਹੋਣ ਤਾਂ ਕਿ ਉਹ ਆਪਣੇ ਪਰਿਵਾਰ ਦਾ ਢਿੱਡ ਭਰ ਸਕਣ। ਦਿੱਕਤ ਕੀ ਹੈ ਕਿ ਰਾਜਨੀਤੀ 'ਚ ਆ ਕੇ ਜਿੱਤ ਕੇ ਲੋਕਾਂ ਦੇ ਮਸਲੇ ਦਾ ਜਲਦੀ ਹੱਲ ਹੋ ਸਕਦੇ ਨੇ, ਫਿਰ ਕਿਉਂ ਨਹੀਂ ਤੁਸੀਂ ਇਸ ਸਿਆਸੀ ਮੈਦਾਨਾਂ 'ਚ ਆਉਂਦੇ ਹੋ? ਦੇਖੋ, ਹਾਲੇ ਮੈਨੂੰ ਲੱਗਦਾ ਇਹ ਪਰਫੈਕਟ ਸਮਾਂ ਵੀ ਹੈ ਨੀਗਾ, ਕਿਉਂਕਿ ਦੇਖੋ ਕੀ ਹੈ ਕਿ ਜਦੋਂ ਵੀ ਕੋਈ ਬੰਦਾ ਇਸ ਪਾਸੇ ਨੂੰ ਚੱਲਦਾ ਆ, ਕਿਉਂਕਿ ਸਾਡੇ ਆਪਦੇ ਜਿਹੜੇ ਜ਼ਿੰਦਗੀ ਦੇ ਰੁਝੇਵੇਂ ਨੇ, ਕੰਮ ਨੇ, ਕਿਉਂਕਿ ਸਾਡੇ ਉੱਪਰ ਵੀ ਜ਼ਿੰਮੇਵਾਰੀਆਂ ਨੇ, ਉਹ ਵੀ ਅਸੀਂ ਨਿਭਾਉਣਾ ਚਾਹੁੰਦੇ ਹਾਂ। ਪਰ ਜੇ ਅਸੀਂ ਉਸ ਤਰੀਕੇ ਨਾਲ ਕੱਲ੍ਹ ਨੂੰ ਕਹਿੰਦੇ ਕਿ ਅਸੀਂ ਪੋਲੀਟਿਕਸ ਦੇ ਵਿੱਚ ਆਉਣਾ ਤਾਂ ਅਸੀਂ ਵੀ ਕਿਤੇ ਗੰਧਲੇ ਨਾ ਹੋ ਜਾਈਏ। ਅਸੀਂ ਪੰਜਾਬ ਦੇ ਦੁਖੀ ਹਾਂ, ਅਸੀਂ ਚਾਹੁੰਦੇ ਹਾਂ ਕਿ ਅਸੀਂ ਪੰਜਾਬ ਨੂੰ ਸਪੋਰਟ ਕਰੀਏ। ਕੋਈ ਨਹੀਂ, ਇਹ ਹੈਗੇ ਨੇ ਕੰਮ ਕਰਨ ਵਾਲੇ, ਜੇ ਇਹ ਜਿੱਤ ਕੇ ਅੱਗੇ ਆ ਰਹੇ ਅਸੀਂ ਇਹਨਾਂ ਨੂੰ ਹੀ ਮਨਾ ਲੈਣਾ ਵੀ ਤੁਸੀਂ ਵਾਅਦੇ ਕਰੋ ਸਾਨੂੰ ਲਿਖਤ ਦੇ ਰੂਪ ਵਿੱਚ ਦਿਓ ਤੇ ਸਾਨੂੰ ਕੋਈ ਚੱਕਰ ਨਹੀਂ। ਇਹਦੇ 'ਚ ਕੋਈ ਇਹ ਨਹੀਂ ਹੈਗਾ ਕਿ ਜੇ ਅਸੀਂ ਅੱਗੇ ਆ ਜਾਵਾਂਗੇ ਕੱਲ੍ਹ ਨੂੰ ਪੋਲੀਟਿਕਸ ਦੇ ਵਿੱਚ ਆਵਾਂਗੇ ਤਾਂ ਹੀ ਇਹ ਕੰਮ ਚੰਗੇ ਹੋਣਗੇ, ਇਹ ਜ਼ਰੂਰੀ ਨਹੀਂ। ਜਦੋਂ ਸਾਡੀ ਜਿਹੜੀ ਆਵਾਮ ਆ, ਸਾਡੇ ਜਿਹੜੇ ਲੋਕ ਨੇ, ਜਦੋਂ ਇਹਨਾਂ ਦੇ ਗਲੇ 'ਚ ਡੰਡਾ ਦੇਣਗੇ ਕਿ ਜਿਹੜੇ ਤੁਸੀਂ ਵਾਅਦੇ ਕਰਕੇ ਜਾ ਰਹੇ ਹੋ ਸਾਨੂੰ ਲਿਖਤੀ ਰੂਪ ਦੇ ਵਿੱਚ ਦੇ ਕੇ ਜਾਓ, ਜੇ ਕੋਈ ਲੀਡਰ ਕੋਈ ਦਾਅਵਾ ਕਰਦਾ ਆ ਤਾਂ ਉਹਨੂੰ ਕਿਹਾ ਜਾਵੇ ਵੀ ਐਂ ਕਰ, ਤੂੰ ਆਪਦੇ ਨਾਂ ਇੱਕ ਸਟਾਮ ਲੈ ਆਪਦਾ ਉੱਤੇ ਚੀਜ਼ਾਂ ਲਿਖ ਕੇ ਦੇ ਜਾ ਕਿ ਆਉਣ ਵਾਲੇ 6 ਮਹੀਨੇ 'ਚ ਇਹ ਕੰਮ ਤੂੰ ਕਰ ਦੇਂਗਾ ਤੇ ਮੈਨੂੰ ਲੱਗਦਾ ਉਹ ਭੱਜ ਜੂਗਾ। ਉਹ ਉਹੀ ਗੱਲ ਮੂੰਹ 'ਚੋਂ ਕੱਢਣਗੇ ਜਾਂ ਉਹੀ ਬੰਦੇ ਅੱਗੇ ਆਉਣਗੇ ਜਿਹੜੇ ਕੰਮ ਕਰਨਗੇ। ਸਿੱਪੀ ਗਿੱਲ ਚੋਣ ਕਿਉਂ ਨਹੀਂ ਲੜਨਾ ਚਾਹੁੰਦਾ? ਸਿੱਪੀ ਗਿੱਲ ਚੋਣਾਂ ਲੜ ਕੇ ਜਿੱਤ ਸਕਦਾ, ਵੱਡੀ ਇੱਕ ਸਪੋਰਟ ਹੈ ਲੋਕਾਂ ਦੀ। ਤੁਸੀਂ ਹਰ
ਸੱਚ ਦੇ ਖਿਲਾਫ ਬੋਲਦੇ ਰਹਿੰਦੇ ਹੋ ਪਿੱਛੇ ਜੇ ਆਰਟਿਸਟ ਦੇ ਖਿਲਾਫ ਵੀ ਤੁਸੀਂ ਕਈ ਆਰਟਿਸਟਾਂ ਦੇ ਖਿਲਾਫ ਵੀ ਬੋਲੇ ਹੋ ਜੋ ਤੁਹਾਨੂੰ ਲੱਗਦਾ ਕਿ ਝੂਠ ਹੈ ਪਰ ਹੁਣ ਕਿਉਂ ਐਵੇਂ ਸਿਆਸਤ 'ਚ ਆ ਕੇ ਵੀ ਤੁਸੀਂ ਇੱਕ ਮੁੱਦਾ ਹੱਲ ਕਰ ਸਕਦੇ ਹੋ ਕਿਸੇ ਵੀਰ ਮੈਂ ਪਹਿਲੀ ਗੱਲ ਦੱਸਣਾ ਚਾਹਾਂਗਾ ਮੇਰੀ ਕਿਸੇ ਆਰਟਿਸਟ ਨਾਲ ਕੋਈ ਇਹ ਨਹੀਂ ਕਿ ਮੇਰਾ ਕੋਈ ਕਿਸੇ ਨਾਲ ਕੋਈ ਮੈਨੂੰ ਕਿਸੇ ਤੋਂ ਕੋਈ ਜੈਲਸ ਹੈ ਜਾਂ ਕੁਛ ਹੋਰ ਹੈ ਇਦਾਂ ਦਾ ਕੁਛ ਨਹੀਂ ਹੈਗਾ ਜਿਹੜਾ ਵੀ ਬੰਦਾ ਚੰਗਾ ਕੰਮ ਕਰੂਗਾ ਜਿਹੜਾ ਵੀ ਬੰਦਾ ਮੈਂ ਆਪਾਂ ਫਿਰ ਤੋਂ ਉਸੇ ਗੱਲ ਤੇ ਆਉਂਦੇ ਜੋ ਪੰਜਾਬ ਮੈਂ ਇਸ ਕਰਕੇ ਨਹੀਂ ਅੱਗੇ ਆਉਣਾ ਚਾਹੁੰਦਾ ਕਿਉਂਕਿ ਮੈਨੂੰ ਲੱਗਦਾ ਹੈ ਫਿਰ ਮੈਂ ਫਿਰ ਤੋਂ ਉਸੇ ਗੱਲ ਤੇ ਆ ਗਿਆ ਵੀ ਜੇ ਜਿਹੜੇ ਬੰਦੇ ਆਲਰੇਡੀ ਇਸ ਫੀਲਡ 'ਚ ਹੈਗੇ ਨੇ ਅਸੀਂ ਉਹਨਾਂ ਨੂੰ ਹੀ ਸੁਧਾਰ ਲਈਏ ਕਿਉਂਕਿ ਉਹਨਾਂ ਦੇ ਕੋਲ ਐਕਸਪੀਰੀਅੰਸ ਹੈ ਬਸ ਥੋੜ੍ਹੇ ਜਿਹੇ ਉਹ ਮਚਲੇ ਹੋਏ ਵੇ ਨੇ ਉਹਨਾਂ ਨੂੰ ਪੈਸੇ ਦਾ ਲਾਲਚ ਪਿਆ ਹੋਇਆ ਇਹ ਜਦੋਂ ਆਵਾਮ ਇੱਕ ਹੋ ਜੂਗੀ ਸਾਰੀ ਅਸੀਂ ਉਹਨਾਂ ਨੂੰ ਕੁਐਸਚਨ ਕਰਾਂਗੇ ਤਾਂ ਫਿਰ ਉਹ ਆਪਣੇ ਆਪ ਹੀ ਬੰਦੇ ਦੇ ਪੁੱਤ ਬਣ ਜਾਣਗੇ ਤੁਸੀਂ ਵੱਡੇ ਮੇਰੇ ਖਿਆਲ ਨਾਲ ਆਰਟਿਸਟਾਂ ਨੂੰ ਟਾਰਗੇਟ ਕਰ ਰਹੇ ਹੋ ਜਿਹੜੇ ਪੋਲਿਟਿਕਸ 'ਚ ਆ ਗਏ ਨੇ ਕਿਤੇ ਉਹ ਤਾਂ ਨਹੀਂ 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 ਮੈਂ ਫਿਰ ਤੋਂ ਕਹਿ ਰਿਹਾ ਵੀ ਮੈਂ ਕਿਸੇ ਆਰਟਿਸਟ ਨਹੀਂ ਮੈਂ ਆਲ ਓਵਰ ਪੋਲਿਟਿਕਸ ਦੀ ਗੱਲ ਕਰ ਰਿਹਾ ਉਹਦੇ 'ਚ ਚੰਗੇ ਬੰਦੇ ਵੀ ਨੇ ਜਿਨ੍ਹਾਂ ਨੇ ਮਤਲਬ ਜਿਹੜੇ ਚੰਗੇ ਇਨਸਾਨ ਨੇ ਉਹਨਾਂ ਨੂੰ ਸਲਿਊਟ ਹੈ ਪਰ ਜਿਹੜੇ ਮਤਲਬ ਜਿਵੇਂ ਬਾਈ ਹੋਈ ਦੱਸਦੇ ਸੀ ਕਈ ਵਾਰੀ ਕਿਸੇ ਚੀਜ਼ ਦੀ ਮੈਨੂੰ ਡੈਪਥ 'ਚ ਨੌਲੇਜ ਨਹੀਂ ਹੋ ਸਕਦੀ ਪਰ ਜਿੰਨਾ ਕਿ ਮੈਨੂੰ ਪਤਾ ਵੀ ਅੱਜ 4,500 ਕਰੋੜ ਦਾ ਜਿਹੜਾ ਕਰਜ਼ਾ ਪੰਜਾਬ ਦੇ ਸਹਿਰ ਹੈ ਇਹ 85 ਦੇ ਵਿੱਚ ਨਹੀਂ ਸੀ ਜਿਹੜਾ ਇਹ ਇੰਨੇ ਸਮੇਂ 'ਚ ਜਿਹੜਾ ਕਰਜ਼ਾ ਬਣ ਗਿਆ ਇਹ ਕਿਉਂ ਬਣ ਗਿਆ ਚਲੋ ਅਸੀਂ ਅਗਲੀ ਰਣਨੀਤੀ ਜਾਣਨਾ ਚਾਹਾਂਗੇ ਜੂਜ ਦਾ ਪੰਜਾਬ ਦੀ ਕੀ ਰਣਨੀਤੀਆਂ ਹੋਣਗੀਆਂ ਚੋਣਾਂ ਨੂੰ ਲੈ ਕੇ ਸੰਯੁਕਤ ਸਮਾਜ ਮੋਰਚੇ ਨਾਲ ਖੜ ਤਾਂ ਗਈ ਹੈ ਪਰ ਕਹਿੰਦੇ ਕਿ ਚੋਣਾਂ ਨਹੀਂ ਲੜਨੇ ਖਿਚੜੀ ਜੀ ਪੱਕ ਗਈ ਹੈ ਕਿਵੇਂ ਕਰੋਗੇ ਤੁਸੀਂ ਮੈਨੇਜ ਇਹ ਹਲੇ ਖਿਚੜੀ ਨਹੀਂ ਹੈਗੀ ਔਰ ਮੈਂ ਇੱਕ ਬੇਨਤੀ ਕਰੂੰਗਾ ਵੀ ਇਹ ਦੇਖੋ ਜਦੋਂ ਸਾਰੇ ਸਾਡੇ ਮੈਂਬਰ ਬੈਠਣਗੇ ਸਾਡੇ ਸੀਨੀਅਰਸ ਨੇ ਇਹਦੇ ਵਿੱਚ ਕਈ ਬੁੱਧੀਜੀਵੀ ਵੀ ਨੇ ਹਰ ਇੱਕ ਫੀਲਡ ਨਾਲ ਰਿਲੇਟਡ ਜਿਹੜੇ ਜਿਹੜੇ ਬੰਦੇ ਬਹੁਤ ਡੈਪਥ 'ਚ ਨੌਲੇਜ ਰੱਖਦੇ ਨੇ ਉਹ ਬੰਦੇ ਵੀ ਇਹਦੇ ਮੈਂਬਰ ਨੇ ਉਹ ਬੈਠਣਗੇ ਬੈਠ ਕੇ ਸਾਰਾ ਜਿਹੜਾ ਇੱਕ ਜਿਹੜਾ ਮਤਲਬ ਜੋ ਅੱਗੇ ਵਾਲੀ ਕਾਰਵਾਈ ਆ ਉਹ ਡਿਸਕਸ ਕਰਨਗੇ ਤਾਂ ਡੈਫੀਨਿਟਲੀ ਅਸੀਂ ਤੁਹਾਡੇ ਨਾਲ ਸਲਾਹ ਕਰਾਂਗੇ ਏਸੀਸੀਪੀ ਗੱਲ ਜਿਨ੍ਹਾਂ ਦਾ ਕਹਿਣਾ ਹੈ ਕਿ ਜੂਜ ਦੇ ਪੰਜਾਬ ਦੀ ਅਗਲੀ ਰਣਨੀਤੀਆਂ ਅਸੀਂ ਅੱਗੇ ਲੈ ਕੇ ਆਵਾਂਗੇ ਤੇ ਪੰਜਾਬ ਦੇ ਮਸਲੇ ਜ਼ਰੂਰ ਹੱਲ ਕਰਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਬਾਕੀ ਜਾਣਕਾਰੀ ਤੁਹਾਨੂੰ ਸਾਰੀ ਵਿਸਤਾਰ 'ਚ ਵੀ ਦੇਵਾਂਗੇ ਕੈਮਰਾਮੈਨ ਰਮੇਸ਼ ਦੇ ਨਾਲ ਪ੍ਰਿੰਸ ਸੁਨੀਲ ਦੀ ਰਿਪੋਰਟ ਦਾ ਸਟੋਰੀ ਟੀਵੀ